ਠੀਕ ਹੈ ਭਾਈ ਭਰਾ, ਜਿਹੜੇ ਭਰਾ ਨੂੰ ਚੰਗੀ ਲੱਗੇਗੀ 1,70,000 ਦੀ ਦੇ ਦਿਆਂਗੇ। 1,70,000 ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ। ਚੰਗੀ ਸਿਹਤਮੰਦ ਪਹਿਲਵਾਨ ਹੈ, ਇਹ ਚੈੱਕ ਕਰਾਣੀ ਹੈ, ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਬੱਗੀ ਮੋਚੇ ਮਾਸ਼ਾਅੱਲਾ ਜੀ, ਪਲ ਚੰਗਾ ਜੀ ਭਾਈ ਭਰਾ। ਇਹ ਵੀ ਪਹਿਲਾਂ ਨੇ 7 ਕਿਲੋ ਦੁੱਧ ਜੇ ਪੱਕਾ ਠੰਡਾ ਕਰ, ਇਹਨੂੰ ਕਹੋ ਪਹਿਲਵਾਨ। ਪਹਿਲਾਂ ਰਵੇਲ ਵੀ ਚੰਗੀ, ਕੱਦ ਵੀ ਚੰਗਾ ਤੇ ਇਹ ਵੀ ਸਿਹਤਮੰਦ ਹੈ। ਕੀਮਤ ਡਿਮਾਂਡ 2,40,000। ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਵਿੱਚ ਜੁਮਾਤੁਲ ਮੁਬਾਰਕ ਦਾ ਤੇ ਸਿਆਲਕੋਟ ਦੇ ਨਾਮਵਰ ਵਪਾਰੀ ਤੇ ਆਪਣੇ ਕੰਮ ਦੇ ਖਿਲਾੜੀ ਮੁਹੰਮਦ ਇਮਰਾਨ ਨੇ ਮੁਬਾਰਕ ਦਿਨ ਉੱਤੇ ਜ਼ਬਰਦਸਤ ਖੜਾ ਕੀਤਾ। ਦੋਸਤਾਂ ਦੀ ਭਰਪੂਰ ਫਰਮਾਇਸ਼ ਉੱਤੇ 6 ਟਾਪ ਕਲਾਸ ਪਹਿਲਨ ਖਾਂਗੜ 7 ਤੇ 8 ਕਿਲੋ ਦੁੱਧ ਵਾਲੀਆਂ ਝੋਟੀਆਂ ਲੈ ਕੇ ਆਏ ਨੇ। ਇਸ ਤੋਂ ਇਲਾਵਾ ਇੱਕ ਗਾਂ ਵੀ ਮੌਜੂਦ ਹੈ ਤੇ ਇਸ ਤੋਂ ਇਲਾਵਾ ਇੱਕ ਖੀਰੀ ਕੱਟੀ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 45,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮੁਮ ਕਰਨੇ ਆ। ਭਾਈ ਇਮਰਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼, ਕੀ ਹਾਲ ਹੈ? ਠੀਕ ਹੋ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਭਾਈ ਇਮਰਾਨ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ? ਅੱਲਾਹ ਦੀ ਜ਼ਾਤ ਦਾ ਬੜਾ ਸ਼ੁਕਰ ਜੀ, ਅਲਹਮਦੁਲਿਲਾਹ। ਤੁਹਾਡਾ ਵੀ ਸ਼ੁਕਰੀਆ ਵੀ ਅਦਾ ਕਰਨੇ ਆ ਕਿ ਸਾਡੀ ਰਿਕੁਐਸਟ ਹੁੰਦੀ ਹੈ ਤੁਹਾਨੂੰ ਕਿ ਜਿਹੜੀ ਕੋਈ ਖਾਂਗੜ ਗਾਂਵ ਜਾਂ ਮੱਝ ਹੈ ਉਹਦਾ ਸ਼ੋਕ ਲਾਜ਼ਮੀ ਕਰਵਾਇਆ ਕਰੋ, ਕਿਉਂਕਿ ਦੋਸਤ ਇਹਦੀ ਕਾਫੀ ਡਿਮਾਂਡ ਕਰਦੇ ਨੇ ਤੇ ਤੁਸੀਂ ਮਾਸ਼ਾਅੱਲਾ ਜੀ ਅੱਜ 6 ਖਾਂਗੜ ਝੋਟੀਆਂ ਲੈ ਕੇ ਆਏ ਹੋ। ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਜੀ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਕਸੂਰ ਖਾਸ, ਪਿੰਡ ਸ਼ਰੋ ਮੰਡੀ, ਮਸ਼ਹੂਰ ਜੀ, ਸੋਰੀ ਸਰਾਮ, ਮਸ਼ਹੂਰ ਸ਼ਰੋ ਮੰਡੀ ਜਨਾਬ। ਠੀਕ ਹੈ ਤੇ ਖੜਾ ਕੀ ਅੱਜ? ਇਨਸ਼ਾਅੱਲਾ ਅੱਲਾਹ ਦੇ ਫਜ਼ਲੋ ਕਰਮ ਨਾਲ ਭਰਾਵਾਂ ਦੀ ਡਿਮਾਂਡ ਵਾਸਤੇ ਭਾਜੀ ਲਿਆਉਂਦੀ ਹੈ 6 ਤੇ 5 ਖਾਂਗੜੀਆਂ ਦੇ, ਇੱਕ ਜੋ ਤਾਜ਼ੀ ਸੂਈ ਹੈ, 2 ਗੱਬਣਾ ਨੇ ਮੈਂ, ਚਲੋ ਜਿਹੜਾ, ਚਲੋ ਅੱਲਾਹ ਹੈ ਰੱਖੇ। ਆਓ ਜੀ ਭਾਈ ਨਵੀ ਸਾਹਿਬ, ਝੋਟੀ ਨੰਬਰ 1 ਲਿਆਓ ਮਾਸ਼ਾਅੱਲਾ ਜੀ। ਜਿਹੜੀਆਂ ਖਾਂਗੜ ਨੇ ਐ ਨਹੀਂ ਕਿ ਜ਼ਿਆਦਾ ਸੁਵਿਆਂ 'ਚ ਨੇ, ਪਹਿਲਨ ਖਾਂਗੜ ਨੇ ਮਾਸ਼ਾਅੱਲਾ ਜੀ, ਆਹ ਚੈੱਕ ਕਰੋ ਜੀ। ਪਹਿਲਨ ਤੇ ਕੋਈ 2 ਮਹੀਨੇ ਦੀ ਸੂਈ ਜਾਂ ਕੋਈ 3 ਦੀ, ਕੋਈ 4 ਦੇ ਅੰਦਰ ਬਾਰੀ ਨੇ। ਠੀਕ ਹੈ ਭਾਈ, ਇਹਦਾ ਚਿਹਰਾ ਸਾਹਮਣੇ ਕਰੋ, ਬਿੱਲੀਆਂ ਅੱਖਾਂ ਨੇ, ਬਰੀਕ ਚਿਹਰਾ ਹੋਵੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਮਾਸ਼ਾਅੱਲਾ ਜੀ। ਟੋਰ ਰਹੇ ਹੋ ਭਾਈ ਨਵੀ ਸਾਹਿਬ ਜੀ? ਭਾਈ ਇਮਰਾਨ ਸਾਹਿਬ ਇਹ ਮੂੰਹ ਵੀ ਛਿੱਗੀ ਜੇ, 6 ਦੰਦ ਦੇ ਪਹਿਲਨ ਝੋਟੀ ਮਾਸ਼ਾਅੱਲਾ ਜੀ, ਖਾਂਗੜ ਝੋਟੀ ਹੈ। ਕਿਦੋਂ ਦੀ ਸੂਈ ਹੈ ਭਾਈ ਇਮਰਾਨ? ਚਾਰ ਮਹੀਨੇ ਹੋ ਗਏ ਨੇ ਸੂਆ ਪਹਿਲਾਂ ਵੇ। ਭਾਈ ਇਮਰਾਨ ਚੁਆਈ ਦੀ ਕਿੰਝ ਕਰਦੇ ਹੋ ਤੇ? ਦੋਵੇਂ ਟਾਈਮ ਚੁਆਈ ਦੀ ਪਹਾੜੇ ਤੇ ਸੂਆ ਪਹਿਲਾਂ ਸੂਈ ਹੈ, 6 ਦੰਦ ਦੇ ਮਹੀਨੇ ਕੋਈ 4 ਹੋ ਗਏ ਨੇ ਭਾਈ। ਇੱਥੇ ਖਿਲਾ ਰਹੇ ਮਾਸ਼ਾਅੱਲਾ ਜੀ, ਕਿੰਨਾ ਕੁ ਦੁੱਧ ਭਾਈ ਇਮਰਾਨ ਦੇ ਕੋਲ? ਦੋਵਾਂ ਟਾਈਮਾਂ ਦਾ ਟੋਟਲ 6 ਕਿਲੋ, ਯਾਨੀ ਕਿ ਹੁਣ ਚੋਣੇ ਚੋਣਾ ਧੁੰਨੀ ਛੋਟੀ ਹੈ ਮਾਸ਼ਾਅੱਲਾ ਜੀ। ਕੋਲੀ ਵੀ ਦੋਸਤਾਂ ਵੇਖ ਲੈਣੀ ਹੈ, ਬਰੀਕੀਆਂ ਚੈੱਕ ਕਰ ਲੈਣੀਆਂ, ਲੱਗੂ ਕ੍ਰਾਸ ਤੇ ਨਹੀਂ ਹੋਈ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਜਿਸਾਮਤ 6 ਹੈ ਪਹਿਲਾਂ ਹੋ ਕੇ, ਥਣ ਵੀ ਸੋਹਣੇ ਲੱਗੇ ਨੇ, ਦੁੱਧ 6 ਕਿਲੋ ਵੇ, ਨੰਬਰ ਆ ਗਈ ਹੈ 1 ਤੇ ਇਹ ਵੀ ਛਿੱਗੀ ਹੈ ਮਾਸ਼ਾਅੱਲਾ ਜੀ। ਜੀ ਭਾਈ ਇਮਰਾਨ, ਝੋਟੀ ਨੰਬਰ 1 ਦਾ ਰੇਟ? ਭਾਈ ਫਰਾਜ਼, ਇਹ ਗੁਜਰਾਂ ਕੋਲੋਂ ਲਈਆਂ ਨੇ, ਸਾਰਾ ਮਾਲ ਉਧਰੋਂ ਲਿਆ ਕੇ ਦਿੱਤਾ ਦਾ। ਅੱਛਾ, ਠੀਕ ਹੈ। ਇਹ ਚੋਗੇ ਦੀਆਂ ਝੋਟੀਆਂ ਨੇ, ਹੁਣ ਬੰਨ ਕੇ ਪੱਠਿਆ ਸਾਡੇ ਕੋਲ ਆ ਕੇ, ਫਿਰ ਫਿਰ ਦੁੱਧ ਵੱਧ ਗਈਆਂ ਨੇ। ਠੀਕ ਹੈ ਭਾਈ ਭਰਾ, ਜਿਹੜੇ ਭਰਾ ਨੂੰ ਚੰਗੀ ਲੱਗੇਗੀ 1,70,000 ਦੀ ਦੇ ਦਿਆਂਗੇ। 1,70,000 ਜ਼ਿੰਦਾਬਾਦ ਜੀ। ਪਹਿਲਾਂ ਨੇ ਛਿੱਗੀ ਹੈ, ਕੀਮਤ 1,70,000। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ, ਚੰਗੀ ਸਿਹਤਮੰਦ ਪਹਿਲਵਾਨ ਹੈ, ਇਹ ਚੈੱਕ ਕਰਾਣੀ ਹੈ, ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਬੱਗੀ ਮੋਚੇ ਮਾਸ਼ਾਅੱਲਾ ਜੀ, ਪਲ ਚੰਗਾ ਜੀ ਭਾਈ ਇਮਰਾਨ। ਇਹ ਵੀ ਪਹਿਲਾਂ ਨੇ 7 ਕਿਲੋ ਦੁੱਧ ਜੇ ਪੱਕਾ ਠੰਡਾ ਕਰ, ਇਹਨੂੰ ਕਹੋ ਪਹਿਲਵਾਨ। ਪਹਿਲਾਂ ਨੇ ਜੀ, ਦੁੱਧ ਕਿੰਨਾ? 7 ਕਿਲੋ ਵੇ,
ਠੀਕ ਹੈ ਸੂਆ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ ਖਾਂਗੜ ਝੋਟੀ ਹੈ ਨੰਬਰ ਆ ਗਈ ਹੈ ਦੋ ਤੇ ਥਾਣੇ ਵੀ ਦੋਸਤਾਂ ਵੇਖ ਲੈਣੇ ਇਹਨੂੰ ਪੁੱਠਾ ਚੈੱਕ ਕਰਨਾ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਕਿੰਨੇ ਤਾਂ ਆਉਂਦੇ ਭਾਈ ਇਮਰਾਨ ਹੈ ਇੱਕ ਫੁੱਟ ਲਈ ਹੈ ਵਿੱਚੋਂ ਦੰਦ ਇਹਨੇ ਛਿੱਗੀ ਤੋਂ ਕੰਨੀਆਂ ਦੇ ਕੱਢ ਦਈਏ ਵੀ ਪਿਆਰਾ ਭਾਈ ਜਰਾ ਸਿੱਧੀ ਕਰੋ ਵਿੱਚ ਮੁਕੰਮਲ ਨਜ਼ਰ ਆਏ ਕੈਮਰੇ ਦੇ ਦੋ ਤੇ ਸੱਤ ਕਿਲੋ ਵਿੱਚ ਚੁਆਈ ਕਿੰਨੀ ਕਰਦੇ ਭਾਈ ਇਮਰਾਨ ਦੀ ਦੋਵੇਂ ਟਾਈਮ ਚੁਆਈ ਇਹਦੀ ਵੀ ਪਹ
40,000 ਠੀਕ ਹੈ ਜੀ ਨੰਬਰ 2 ਦੀ ਚੈੱਕ ਕਰਾਈ ਦੇ ਝੋਟੀ ਪਹਿਲਾਂ ਦਾ ਆ ਮਾਸ਼ਾਅੱਲਾ ਜੀ ਚੰਗੀ ਰਵੇਲ ਵੀ ਚੰਗੀ ਕਦ ਵੀ ਚੰਗਾ ਤੇ ਹੈ ਵੀ ਸਿਹਤਮੰਦ ਹੈ ਕੀਮਤ ਡਿਮਾਂਡ 2,40,000 ਆਓ ਜੀ ਭਾਈ ਨਵੀਂ ਸਾਹਿਬ ਟੋਰ ਕੇ ਲਿਆਓ ਹੋਰਾਂ ਨੂੰ ਜ਼ਰਾ ਸਾਈਡ ਤੇ ਆਵਾਂ ਵੀ ਜ਼ਰਾ ਐ ਵੀ ਪਹਿਲਾਂ ਜੇ ਮੂੰਹ ਛਿੱਗੀ ਜੇ ਤੇ 2 ਮਹੀਨਿਆਂ ਦੀ ਸੂਈ ਜੇ ਸਾਰੀ ਠੀਕ ਹੈ ਮਾਸ਼ਾਅੱਲਾ ਜੀ ਐ ਚੈੱਕ ਕਰੋ ਜੀ ਸਾਹਮਣੀ ਸਾਈਡ ਤੋਂ ਦੋਸਤਾਂ ਨੂੰ ਜ਼ਰਾ ਕਰਨਾ 6 ਦੰਦ ਦੇ ਮਹੀਨੇ 2 ਹੋ ਗਏ ਨੇ ਸੁਬਾ ਪਹਿਲਾ ਸੂਈ ਹੈ ਕਾਲੀਆਂ ਅੱਖਾਂ ਨੇ ਦੋ ਅੱਖਾਂ ਦੀ ਰੰਗਤ ਸੇਮ ਹੈ ਬੈਕ ਸਾਈਡ ਤੋਂ ਵੀ ਦੋਸਤਾਂ ਨੂੰ ਤੁਹਾਨੂੰ ਜ਼ਰਾ ਕਰਾ ਦਿੰਦੇ ਹਾਂ ਬਾਈ ਇਮਰਾਨ ਸਾਹਿਬ ਕਿੰਨਾ ਕੁ ਦੁੱਧ ਦੇ ਕੋਲ ਠੀਕ ਹੈ ਦੋਵੇਂ ਟਾਈਮ ਚਵਾਈ ਦੀ ਪਹਾੜੇ ਤੇ ਹੁੰਦੀ ਹੈ ਭਈ ਸੁਬਾ ਪਹਿਲਾ ਸੂਈ ਹੈ 6 ਦੰਦ ਦੇ ਦੋਵੇਂ ਟਾਈਮ ਹੋਇਆ ਤੇ ਚਵਾਈ ਵੀ ਕਰਾਵਾਂਗੇ ਖਲਾਰੇ ਭਾਈ ਜਾਨ ਖਲਾਰੇ ਭਾਈ ਜਾਨ ਦੁੱਧ 9 ਕਿਲੋ ਮਾਸ਼ਾਅੱਲਾ ਜੀ ਬਰੀਕ ਫੁਸ਼ਲ ਹੈ ਲਿਬਾਸ ਵੀ ਦੋਸਤਾਂ ਵੇਖ ਲੈਣਾ ਉੱਠਾ ਵੀ ਚੈੱਕ ਕਰਨਾ ਜਿਸਾਮਤ ਬੜੀ ਪਿਆਰੀ ਹੈ ਪਿਆਰਾ ਭਾਈ ਜ਼ਰਾ ਥਾਂ ਸਾਈਡ ਤੋਂ ਚੈੱਕ ਕਰਵਾ ਲੈਂਦੇ ਹੋ ਖਲਾਰੇ ਉੱਥੇ ਜ਼ਰਾ ਚਲੋ ਲੈ ਚਲੋ ਉੱਥੇ ਚੈੱਕ ਕਰਵਾ ਲੈਂਦੇ ਆਓ ਜੀ ਭਾਈ ਇਮਰਾਨ ਸਾਹਿਬ ਝੋਟੀ ਨੰਬਰ 3 ਦਾ ਰੇਟ ਲਾਓ ਜੀ ਪਹਿਲਾਂ ਮਾਸ਼ਾਅੱਲਾ ਜੀ ਝੋਟੀ ਹੈ ਖਾਂਗੜ ਝੋਟੀ ਹੈ ਨੰਬਰ 4 ਤੇ ਚੈੱਕ ਕਰਾ ਰਹੇ ਹਾਂ ਤੋਰੋ ਭਾਈ ਜ਼ਰਾ ਲੰਮੀ ਟੋਰਿਓ ਬਾਈ ਇਮਰਾਨ ਸਾਹਿਬ ਕਿਦੋਂ ਦੀ ਸੂਈ ਹੈ ਬਾਈ ਫਰਾਜ਼ ਇਹਨੂੰ ਵੀ ਸੂਈ ਤਕਰੀਬਨ 3-4 ਮਹੀਨੇ ਠੀਕ ਹੈ 3-4.5 ਮਹੀਨੇ ਹੋ ਗਏ ਨੇ ਸੂਆ ਪਹਿਲਾਂ ਸੂਈ ਹੈ ਖਾਂਗੜ ਝੋਟੀ ਹੈ ਪਿਆਰੇ ਭਾਈ ਇੱਥੇ ਜ਼ਰਾ ਸਿੱਧੀ ਕਰਿਓ ਜੀ ਭਾਈ ਇਮਰਾਨ ਸਾਹਿਬ ਦੁੱਧ ਕਿੰਨਾ ਕਿਹਦੇ ਕੋਲ ਬਾਈ ਫਰਾਜ਼ ਇਹਨੂੰ ਜਿਹੜੇ ਭਰਾ ਨੂੰ ਵੀ ਚੰਗੀ ਲੱਗੇ ਦੋ ਟਾਈਮ ਚੋ ਕੇ ਤਸੱਲਾ ਕਰਕੇ 7-7.5 ਕਿਲੋ ਦੁੱਧ ਹੋਏਗਾ 7-7.5 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਚਵਾਈ ਕਿੰਜ ਭਾਈ ਇਹਦੀ ਕਰਦੇ ਹੋ ਭਾੜੇ ਤੇ ਦੋਵੇਂ ਟਾਈਮ ਚਵਾਈ ਭਾੜੇ ਤੇ ਸੂਆ ਪਹਿਲਾ ਵੇ ਵੱਡੀ ਜਸਾਮਤ ਹੈ ਮਾਸ਼ਾਅੱਲਾ ਜੀ ਕੈਮਰੇ 'ਚ ਜਿਹੜੀ ਇਹਦੀ ਹਾਈਟ ਹੈ ਮੁਕੰਮਲ ਨਜ਼ਰ ਆ ਰਹੀ ਹੈ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਸੇਮ ਹੈ ਵੀ ਨੀਲੀ ਦੀ ਹੈ ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਚਵਾਈ ਦੋਵੇਂ ਟਾਈਮ ਭਾੜੇ ਤੇ ਚੰਗੀ ਟਾਪ ਕਲਾਸ ਖੂਬਸੂਰਤ ਖਾਂਗੜ ਪਹਿਲਾਂ ਝੋਟੀ ਮਾਸ਼ਾਅੱਲਾ ਜੀ ਠੀਕ ਹੈ ਪਿਆਰੇ ਭਾਈ ਲੈ ਚਲੋ ਜੀ ਨੰਬਰ ਆ ਗਈ 4 ਤੇ ਜੀ ਭਾਈ ਇਮਰਾਨ ਸਾਹਿਬ ਆਓ ਜੀ ਝੋਟੀ ਨੰਬਰ 4 ਦਾ ਰੇਟ ਲਾਓ ਜੀ ਭਾਈ ਫਰਾਜ਼ ਜਿਹੜੇ ਘਰ ਚੰਗੀ ਲੱਗੇ 2,25,000 2,25,000 ਅੱਗੇ ਭਾਈ ਲਾਓ ਜੀ ਨੰਬਰ 5 ਵਾਲੀ ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,25,000 2,25,000 ਦੇ ਨਾ ਭਾਈ ਫਰਾਜ਼ ਇੱਕ ਗਰੰਟੀ ਵਾਲੀ ਗੱਲ ਹੈ ਕਿ ਇੰਨੀ ਚਿਰ ਦੀਆਂ ਸੁਣੀਆਂ ਨੇ ਉਹ ਪਹਾੜੇ ਤੇ ਜਿਹੜੇ ਭਰਾ ਦੇ ਪਸੰਦ ਹੈ ਕੋ ਲਏ ਤੇ ਘਰ ਜਾ ਕੇ ਵੀ ਨਾ ਮਿਲੇ ਫਿਰ ਵੀ ਜੁਰੰਦਾ ਜ਼ਿੰਦਾਬਾਦ ਆ ਬਿਲਕੁਲ ਜੀ ਸਾਡਾ ਕਿਹੜਾ ਇੱਕ ਦਿਨ ਦਾ ਕੰਮ ਹੈ ਅੱਲਾਹ ਹੈ ਰੱਖੇ ਜਿਹੜੀ ਗੱਲਬਾਤ ਹੋਈ ਦੀ ਇਨਸ਼ਾਅੱਲਾ ਹਕੀਕਤ ਤੇ ਮਬਨੀ ਹੋਈ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ ਸੂਈ ਹੈ ਦੁੱਧ 10 ਕਿਲੋ ਦੇਗੇ ਤੇ ਪਹਾੜੇ ਦਾ ਇਹ ਨਹੀਂ ਪਤਾ ਕਿਉਂਕਿ ਇਹ ਜੇ ਬੱਚਿਆਂ ਦਾ ਅੱਜ ਹੀ ਮਰਿਆ ਜੀ ਅੱਛਾ ਇਹ ਜੇ ਬੱਚਾ ਮੈਂ ਚੈੱਕ ਕਰਾਣਾ ਉਹ ਵੀ ਸੁਵਾ ਵੀ ਪਹਿਲਾਂ ਸੂਈ ਹੈ ਤੇ ਦੁੱਧ ਦੇ ਕੋਲ 10 ਕਿਲੋ ਹੈ ਦੋਵਾਂ ਟਾਈਮਾਂ ਦਾ ਟੋਟਲ
ਤੇ ਭਾਈ ਇਮਰਾਨ ਸਾਹਿਬ ਕਿਦੋਂ ਦੀ ਸੂਈ ਹੈ? ਸੂਈ ਨੂੰ ਤਕਰੀਬਨ 7 ਤੋਂ 8 ਦਿਨ ਹੋਏ ਜੇ, ਮੂੰਹ ਦੀ 6 ਦਾਂਦੇ। ਅੱਛਾ 7 ਤੋਂ 8 ਦਿਨ ਹੋਏ ਇਹਨੇ ਲਿੱਤਾ ਜੀ ਸੂਈ, ਜਿਆਦਾ ਅੱਜ ਹੀ ਮਰ ਗਿਆ। ਦੋਸਤਾਂ ਨੂੰ ਵੀ ਚੈੱਕ ਕਰਾਨੇ ਆ ਤੇ ਦੋਵਾਂ ਅੱਖਾਂ ਦੀ ਮਾਸ਼ਾਅੱਲਾ ਜੀ ਰੰਗਤ ਵੀ ਸੇਮ ਹੈ ਤੇ ਕਿੰਨੇ ਦਾਂਦੇ ਸੀ? 6 ਦਾਂਦੇ ਮਾਸ਼ਾਅੱਲਾ ਜੀ। ਭਾਈ ਯਾਰ ਹੁਣ ਜ਼ਿਕਰ ਕੀਤਾ ਕਿ ਹਲੇ ਦਾ ਨਹੀਂ ਪਤਾ ਕਿ ਇਹਨੇ ਪਹਾੜੇ ਤੇ ਮਿਲਣਾ ਜਾਂ ਟੇਕੇ ਤੇ ਮਿਲਣਾ, ਕਿਉਂਕਿ ਜ਼ਿਆਦਾ ਹੁਣ ਹੀ ਮਰਿਆ। ਦੋਸਤਾਂ ਨੂੰ ਵੀ ਚੈੱਕ ਕਰਾਨੇ ਆ, ਸੁਬਾ ਦਾ ਵੀ ਪਹਿਲਾਂ ਤੁਹਾਨੂੰ ਦੋਸਤਾਂ ਦੇ ਵੇਖ ਲੈਣੇ ਨੇ ਮਾਸ਼ਾਅੱਲਾ ਜੀ, ਤੇ ਦੁੱਧ 10 ਕਿਲੋ ਵੇ ਭਾਈ ਜ਼ਰਾ ਜਾ ਤੇ ਲੈ ਚੱਲਿਓ ਭਾਈ ਫਰਾਜ਼। ਝੂਠ ਕੋਈ ਗੱਲ ਨਹੀਂ, ਪਿਛਲੀ ਵੀਡੀਓ ਤੇ ਵਿੱਚ ਹੀ ਅੱਛਾ ਠੀਕ ਹੈ 2,85,000 ਦਾ ਰੇਟ ਸੀ। ਠੀਕ ਇਹ ਜਾਵੇ ਦਾ ਜੀ ਇਕੱਟਾ ਸੀ ਮਗਰ 2,00,000 ਹਾਂਜੀ 2,82,000 ਦੀ ਭਾਈ ਫਰਾਜ਼ ਵੇਚੀ ਸੀ। ਅੱਛਾ ਠੀਕ ਹੈ। ਵਿਰਕਾ ਨਸ਼ਹਿਰਾ ਦਾ ਬੰਦਾ ਸੀ ਠੀਕ ਹੈ। 3 ਦਿਨ ਬਿਆਨਾ ਰੱਖ ਕੇ ਸਾਰਾ ਕੁਝ ਕਰਕੇ ਤੇ ਉਹਦੇ ਕੋਲ ਪੈਸੇ ਨਹੀਂ ਬਣੇ, ਜਾਂ ਕੀ ਵਜ੍ਹਾ ਹੋਈ ਹੈ? 3 ਦਿਨਾਂ ਬਾਅਦ ਇਹਦੇ ਝੂਠੀ ਦੇ ਕਦੇ ਦੀ ਵਿਕ ਜਾਣੀ ਸੀ। ਉਸ ਤੋਂ ਇਲਾਵਾ ਹੋਰ ਵੀ ਫੋਨ ਬੜੇ ਆਏ ਨੇ, ਲੇਕਿਨ ਇਹ ਲੋਕ ਆਪੀ 5,000 ਦੇ ਕੇ ਸਾਨੂੰ ਬੰਨ ਲੈਂਦੇ ਨੇ ਤੇ ਜੇ ਅਸੀਂ ਅੱਗੋਂ ਵੇਚਦੀ ਤੇ ਸਾਡੇ ਤੇ ਇਤਰਾਜ਼ ਬੜਾ ਹੋ ਜਾਂਦਾ। ਹੋਈ ਜਾਂਦਾ ਠੀਕ ਹੈ, ਸਹੀ ਕਹਿੰਦੇ ਹੋ ਤੁਸੀਂ। ਅਸੀਂ ਉਹਦੇ 5,000 ਵਾਸਤੇ ਜਾਂ ਉਹਦੀ ਗੱਲ ਉੱਤੇ ਵੱਜ ਗਏ ਤੇ ਉਹਨੇ ਅੱਗੋਂ ਖੜੀ ਵੀ ਨਹੀਂ ਤੇ ਸਾਡੀ ਝੋਟੀ ਤਾਂ ਨਹੀਂ ਆਵੇਗੀ। ਚਲੋ ਸਰ ਕੋਈ ਨਹੀਂ, ਲਜ਼ਾਤ ਕਰਮ ਕਰੇ ਦੀ। ਅੱਜ ਦਾ ਰੇਟ ਕੀ ਹੈ? ਅੱਜ ਦਾ ਰੇਟ ਸਿਰਫ ਭਾਜੀ ਜਿਹੜੇ ਭਰਾ ਨੂੰ ਪਸੰਦ ਆ ਜੀ ਕਿ 2,55,000 ਦੀ 2,55 ਯਾਨੀ ਕਿ ਜਾ ਮਰਨ ਦੀ ਵਜ੍ਹਾ ਤੂੰ 30,000 ਥੱਲੇ ਕੀਤਾ ਜੀ। 30,000 ਥੱਲੇ ਠੀਕ ਹੈ। ਉਹ ਜੀ ਜਿਹੜੇ ਰੇਟ ਦੱਸੇ ਜੀ ਰੇਟ ਸਾਡੇ ਫਾਈਨਲ ਹੀ ਜੀ। ਠੀਕ ਹੈ ਜੀ। 2,55,000 ਮਾਸ਼ਾਅੱਲਾ ਜੀ ਦੁੱਧ 10 ਕਿਲੋ ਵੀ ਪਹਿਲਾਂ ਨੇ ਖੂਬਸੂਰਤ ਤੇ ਤਾਜ਼ੀ ਸੂਈ ਹੈ। 7-8 ਦਿਨ ਹੋ ਗਏ ਨੇ ਤੇ ਰੇਟ ਦੋਸਤਾਂ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ ਕਾਫੀ ਮੁਨਾਸਬ ਹੈ। ਜਾ ਸੀ ਪਿੱਛੇ ਜ਼ਿਆਦਾ ਅੱਜ ਹੀ ਮਰਿਆ। ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ। ਇਹ 2 ਗੱਬਨ ਨੇ? ਹਾਂਜੀ ਇਹ ਗੱਬਨ ਨੇ ਭਾਈ ਸਾਹਿਬ। ਇਹ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਭਾਈ ਇਹਨੂੰ ਟੋਰੋ ਜ਼ਰਾ ਲੰਮੀ ਰੱਖ ਕੇ ਟੋਰੋ। ਤੋ ਦੋਸਤੋ ਕਰੋ ਨਜ਼ਾਰਾ, ਇਹ ਚੈੱਕ ਕਰੋ ਚੰਗੀ ਸ਼ੋਕੀਆ ਪਹਿਲਵਾਨ ਚੀਜ਼ ਰਵੇਲ। ਦੋਸਤਾਂ ਵੇਖ ਲੈਣੀ ਸੁਬਾ ਦੂਸਰਾ ਸੁਣਿਆ ਰਵੇਲ ਕਾਫੀ ਹੈ। ਇਹ ਹਾਲੇ ਕੱਚੀ ਹੈ। ਦਿਨ ਕਿੰਨੇ ਕੁ ਲੈ ਰਹੀ ਹੈ ਭਾਈ ਇਮਰਾਨ? 12 ਕੱਢ ਜਾਣੇ ਨੇ। ਠੀਕ ਹੈ 10-12 ਦਿਨ ਲੈਂਦੀ ਹੈ ਵੀ ਅੰਦਾਜ਼ਨ। ਪਰ ਦੋਸਤਾਂ ਵੇਖਣਾ ਚੰਗਾ ਚੌੜਾ ਪੁੱਠਾ ਵੀ ਨੰਬਰ ਆ ਗਈ ਹੈ 6 ਤੇ ਗੱਬਨ ਝੋਟੀ ਹੈ ਮਾਸ਼ਾਅੱਲਾ ਜੀ। ਪਿਆਰੇ ਭਾਈ ਇੱਥੇ ਖਿਲਾਰ 14-15 ਕਿਲੋ ਦਿੰਦੇ ਪਹਿਲੇ ਸੂਏ ਦਾ ਰਿਕਾਰਡ ਛਾਵੇ ਹੁਣ ਗੱਬਾਂ ਨੇ। ਅੱਗੋਂ ਅੱਲਾ ਜ਼ਾਤ ਨੂੰ ਜੋ ਮਨਜ਼ੂਰ ਹੋਏ। ਇਹ ਦੋਵਾਂ ਅੱਖਾਂ ਦੀ ਰੰਗਤ ਸੇਮ, ਸਿੰਗੀਆਂ ਐਵੇਂ ਛੋਟੀਆਂ, ਜਿਸਾਮਤ ਵੱਡੀ, ਗੱਬਨ ਝੋਟੀ ਤੇ 10-12 ਦਿਨ ਲੈਂਦੀ ਹੈ ਮਾਸ਼ਾਅੱਲਾ ਜੀ। ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ, ਇਹ ਚੈੱਕ ਕਰੋ ਮਾਸ਼ਾਅੱਲਾ। ਠੀਕ ਹੈ ਭਾਈ ਜੀ ਭਾਈ ਇਮਰਾਨ ਝੋਟੀ ਨੰਬਰ 6 ਦਾ ਰੇਟ ਭਾਈ ਫਰਾਜ਼ ਇਹ ਵੀ ਵਹਾਓ ਹੈ ਜੋੜੇ ਦੇ ਰੇਟ ਦੇ। ਅੱਛਾ ਜੋੜੇ ਦੇ ਠੀਕ। ਇਹ ਆ ਗਈ ਮਾਸ਼ਾਅੱਲਾ ਜੀ ਅੱਗੇ ਨੰਬਰ 7 ਤੇ। ਇਹ ਵੀ ਚੰਗੀ ਪਹਿਲਵਾਨ ਚੀਜ਼ ਹੈ ਮਾਸ਼ਾਅੱਲਾ ਜੀ ਗੱਬਨ ਝੋਟੀ ਹੈ ਜੀ ਭਾਈ ਇਮਰਾਨ ਸਾਹਿਬ ਕਿੰਨਵਾਂ ਸੁਆ ਜੀ ਦਾ ਭਾਈ ਫਰਾਜ਼ ਇਹਦਾ ਵੀ ਦੂਸਰਾ ਸੂਆ ਦਿਨ ਕੋ 8 ਕੇ ਕਰਦੀ 8 ਕੇ ਦਿਨ ਲਿੰਦੀ ਵੀ, ਲੇਕਿਨ ਉਸ ਤੋਂ ਆ ਵੱਧ ਲੱਗਦੀ ਵੀ ਮਾਸ਼ਾਅੱਲਾ ਜੀ ਵੱਧ ਜੀ। ਇਹ ਵੱਡੀ ਜਿਸਾਮਤ ਤੇ ਇਹ ਵੀ ਮਾਸ਼ਾਅੱਲਾ ਜੀ ਚੰਗੀ ਕੁੰਜੀ ਹੈ ਦਿਨ 8 ਕੇ ਲੈ ਰਹੀ ਹੈ। ਲਿਬਾਸ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਲਿਬਾਸ ਵੀ ਚੰਗਾ ਕਰਦੀ ਵੀ ਸੋਹਣੇ ਮੁੱਠੀ ਥਣ ਲੱਗੇ ਨੇ। ਨੰਬਰ 7 ਤੇ ਚੈੱਕ ਕਰਾਨੇ ਆ ਪੇ ਪਿਆਰੇ ਬਈ ਇੱਥੇ ਜ਼ਰਾ ਸਿੱਧੀ ਕਰਿਓ ਜੀ। ਜਿਸਾਮ ਚੰਗੀ ਖੂਬਸੂਰਤ ਦੋਸਤਾਂ ਵੇਖ ਲੈਣੀ ਹੈ ਕਾਦਾਵਰ ਥਣਾਂ ਦੀ ਵੰਡ ਪਿਆਰੀ ਹੈ ਤੇ ਧੁਨੀ ਦੀ ਛੋਟੀ ਹੈ। ਟੋਰੇ ਭਾਈ ਜਾਨ ਦਿਨ 8 ਦੱਸੇ ਜੇ? ਹਾਂਜੀ ਦਿਨ 7-8 ਇੰਨੇ ਹੀ ਕੱਢਦੇ। ਠੀਕ ਮਾਸ਼ਾਅੱਲਾ ਜੀ। ਰਵੇਲ ਵੀ ਦੀ ਵੇਖ ਲੈਣੀ ਹੈ ਖੂਬਸੂਰਤੀ ਚੈੱਕ ਕਰਨੀ ਆ ਬਿਲਕੁਲ ਜੀ ਕਾਦਾਵਰ ਖੂਬਸੂਰਤ ਜੀ ਭਾਈ ਇਮਰਾਨ ਸਾਹਿਬ ਕੀ ਰੇਟ ਹੈ ਜੀ ਜੋੜੇ ਦਾ? ਭਾਈ ਫਰਾਜ਼ ਜੇ ਕਿਸੇ ਭਰਾ ਨੂੰ 1-1 ਪਸੰਦ ਆਵੇ ਤੇ 4.25 ਦੀ ਜਿਹੜੀ ਮਰਜ਼ੀ ਦੇ ਦੇ, ਜੇ ਦੋਵੇਂ ਪਸੰਦ ਆਉਣ ਤੇ 8,00,000 ਦੀ। 8 ਯਾਨੀ ਫਿਰ 4 ਦੀਆਂ ਹੋ ਗਈਆਂ? ਹਾਂ ਫਿਰ 4-4। ਠੀਕ ਹੈ। ਅਗਰ ਕਿਸੇ ਦੋਸਤ ਨੇ 1-1 ਲੈਣੀ ਹੈ ਤੇ ਫਿਰ ਕੀਮਤ 4-55-55। ਅਗਰ ਕੋਈ ਦੋਸਤ ਜੋੜਾ ਲੈਂਦਾ ਹੈ ਤੇ ਜੋੜਾ ਮਿਲ ਜਾਂਦਾ ਜੀ 8,00,000 ਦਾ। ਨੰਬਰ 7 ਤੇ ਚੈੱਕ ਕਰਾਈਏ ਖੂਬਸੂਰਤ ਚੀਜ਼ ਹੈ ਮਾਸ਼ਾਅੱਲਾ ਜੀ। ਇਹ ਗੱਬਾਂ ਨੇ ਵੱਡੀ ਜੀ ਸਾਹਮਣੇ ਤੇ ਪੁੱਠਾ ਵੀ ਦੋਸਤਾਂ ਵੇਖਣਾ। ਚਲ ਬਾਸ ਫਿਰ ਚੈੱਕ ਕਰਾ ਦਿੰਦੇ ਹਾਂ ਦਿਨ ਕੋਈ 8 ਲੈ ਰਹੀ ਹੈ। ਅੱਗੇ ਭਾਈ ਲਿਆਵੋ ਜੀ ਗਾਂ ਲਿਆਵੋ ਠੀਕ ਹੈ। ਕ੍ਰਾਸ ਹੈ? ਇਹ ਕ੍ਰਾਸ
ਲੈ ਬਾਈ ਜਾ ਕੇ ਲਿਆਵੋ ਪਿੱਛੇ ਵੱਛੀ ਹੈ ਇਹ ਦੋ ਹੀ ਨੇ ਮਾਸ਼ਾਅੱਲਾ ਜੀ ਵੈੜ ਹੈ ਕੀ ਹੈ ਅਤੇ ਪਿੱਛੇ ਵੱਛੀ ਇਹ ਦੋ ਹੋ ਗਈਆਂ ਅਤੇ ਵੱਛੀ ਵੀ ਦੋਸਤਾਂ ਵੇਖ ਲੈਣੀ ਕੰਨ ਅਤੇ ਛੋਟੇ ਨੇ ਜਰਸੀ ਕ੍ਰਾਸ ਵਿੱਚ ਅਤੇ ਗਰਮੀ ਦਾ ਹੋਲ ਭਾਰ ਨਹੀਂ ਹੈ ਖਾਣ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ ਕਿੰਨਵਾਂ ਸੂਆ ਦੀ ਕਿਦੋਂ ਦੀ ਸੂਈ ਹੈ ਦਿਨ 15 ਕੁ ਹੋ ਗਏ ਨੇ ਦੁੱਧ ਉੱਤੇ ਵੀ ਸੂਆ ਦੂਸਰਾ ਸੂਈ ਹੈ ਲਿਬਾਸ ਵੀ ਦੋਸਤਾਂ ਵੇਖ ਲੈਣਾ 13-14 ਸਿਰ ਜਿਹੜੇ ਭਰਾ ਨੂੰ ਪਸੰਦ ਆਏ ਪੂਰਾ ਕਰ ਸੱਲਾ ਕਰਕੇ ਖੜੇ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13 ਕਿਲੋ ਬਾਈ ਲਾ ਜ਼ਰਾ ਸਿੱਧੀ ਕਰਾਇਓ ਮਾਸ਼ਾਅੱਲਾ ਜੀ ਇੱਥੇ ਬਾਈ ਜ਼ਰਾ ਸਿੱਧੀ ਕਰਨੀ ਹੈ ਸੂਆ ਦੂਸਰਾ ਸੂਈ ਹੈ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13 ਕਿਲੋ ਵੇ ਵੱਡੀ ਜਿਸਾਮਤ ਅਲੀ ਅਰਵੇਲ ਦੋਸਤਾਂ ਦੀ ਵੇਖਣੀ ਹੈ ਹਾਈਟ ਚੈੱਕ ਕਰਨੀ ਹੈ ਥਣ ਸੋਹਣੇ ਲੱਗੇ ਨੇ ਪਿੱਛੇ ਦੇ ਬੱਚੀ ਹੈ ਅਤੇ ਜਾ ਵੀ ਚੰਗਾ ਐਕਟਿਵ ਹੈ ਮਾਸ਼ਾਅੱਲਾ ਜੀ ਬਾਈ ਨਵੀਦ ਦਾ ਚਿਹਰਾ ਸਾਹਮਣੇ ਕਰਿਓ ਜੀ ਪਿੱਛੇ ਪਿੱਛੇ ਜਾਂਦਾ ਜੀ ਲੇਕਿਨ ਡੋਨ ਕਰ ਲਿਆ 270 ਹੋ ਗਿਆ ਤੇ ਪੈਕੇਜ ਸਾਰੀਆਂ ਸਿਮਾਂ ਦਾ ਪੈਕੇਜ ਪਿਛਲੀ ਵੀਡੀਓ 'ਚ ਵੀ ਇੱਕ ਪੈਕੇਜ ਲਵਾਇਆ ਸੀ ਭਾਈ ਇਮਰਾਨ ਕੋਲੋਂ ਅੱਜ ਪੈਕੇਜ ਲੈ ਕੇ ਆਏ ਨੇ ਖੀਰੀ ਕੱਟੀ ਹੈ ਕਿੰਨੀ ਉਮਰ ਤਕਰੀਬਨ 5-6 ਮਹੀਨੇ ਅੱਛਾ ਹੈ ਨਸਲੀ ਪੂਰੀ ਨਸਲੀ ਹੈ ਜਨਾਬ ਅੱਛਾ ਦੇਖੋ ਭਾਜੀ ਨਸਲ ਪਿਛਲੀ ਦੋਸਤਾਂ ਡਿਮਾਂਡ ਕੀਤੀ ਤੇ ਭਾਈ ਇਮਰਾਨ ਸਾਹਿਬ ਅੱਜ ਪੈਕੇਜ ਹੋਦੀ ਲੈ ਕੇ ਆ ਗਏ ਨੇ ਵੱਡੀਆਂ ਮਈਆਂ ਦੇ ਜਨਾਬ ਕੱਟੀਆਂ ਨੇ ਵੱਡੀਆਂ ਮਈਆਂ ਦੀਆਂ ਮੰਨ ਚਲੋ ਕਿਤੇ ਬਈ ਆ ਜਿਹਨੇ ਸੇਵਾ ਕਰਨੀ ਮਿਹਨਤ ਕਰਨੀ ਚਲੋ ਉਹਨੂੰ ਕੋਈ ਫਲ ਮਿਲ ਜੇਗਾ ਥੋੜੇ ਜਿਹਾ ਛਾਵੇਂ ਆ ਜਾਓ ਕਿ ਤੇ ਫਿਰ ਹੁੰਦੀ ਹੈ ਧੁੱਪ ਵੀ ਕਿਤੇ ਹੁੰਦੀ ਵੀ ਕਿਤੇ ਛਾਂ ਹੁੰਦੀ ਹੈ ਵੀ ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਦੋਸਤਾਂ ਵਾਸਤੇ ਠੀਕ ਆ ਜਨਾਬ ਮਿਹਰਬਾਨੀ ਹੈ ਸਾਰੇ ਵੇਖਣ ਤੋਂ ਸੁਣਨ ਵਾਲਿਆਂ ਨੂੰ ਵੀ ਜਿਹੜੀ ਗੱਲ ਕਰੇ ਬੰਦਾ ਗੱਲ ਤਾਂ ਪੂਰੀ ਕਰੇ ਅਸੀਂ ਕਿਸੇ ਨਾਲ ਕੋਈ ਕਰ ਲਈਏ ਨਾ ਇੱਕ ਮਿੰਟ ਦੀ ਮਤਲਬ ਕਿ ਇੱਕ ਬੰਦੇ ਪਤਾ ਜੋ ਪਿਸ਼ਾਵਰ ਵਾਲੇ ਬੰਦੇ 5000 ਬਿਆਨਾ ਲਾਇਆ 4 ਦਿਨ ਨਾ ਆਇਆ ਤਾਂ ਹਮਈ ਵੇਚ ਛੜੀ ਉਹਨੇ ਜਨਾਬ ਸਾਰੇ ਇਲਾਕੇ 'ਚ ਸਾਨੂੰ ਵਿਸਤ ਕੀਤਾ ਠੀਕ ਹੈ ਅਸੀਂ ਉਹਨੂੰ ਆਖਿਆ ਯਾਰ ਘਾਟੇ ਨਾ ਲੈ ਜਾ ਜਿਹੜੀ ਮਰਜ਼ੀ ਵਾਲਾ ਲੈ ਜਾ ਤੂੰ ਆਇਆ ਵੈ ਜੀ ਜੀ ਅਤੇ ਜੇ ਕੋਈ ਸਾਡੇ ਨਾ ਕਰੇ ਤਾਂ ਫਿਰ ਉਹਦਾ ਕੀ ਇਲਾਜ ਪਾਣੀ ਵੀ ਜ਼ਿਆਦਤੀ ਹੈ ਗਲਤ ਗੱਲ ਤੁਸੀਂ ਜਿਹੜਾ ਨਾ ਇੱਕ ਜਿਹੜਾ ਦੋਸਤ ਬਿਆਨਾ ਕਰਦਾ ਨਾ ਉਹਦਾ ਇਹ ਮਤਲਬ ਨਹੀਂ ਕਿ 7 ਦਿਨ ਗੈਪ ਰੇ ਹਾਂਜੀ ਬਿਆਨੇ ਦਾ ਮਕਸਦ ਇਹ ਹੁੰਦਾ ਹੈ 24 ਘੰਟੇ ਨਹੀਂ ਤੇ ਚਲੋ 2 ਦਿਨ ਮੈਕਸਿਮਮ ਹਾਂਜੀ ਠੀਕ ਹੈ ਕਿਉਂਕਿ ਇਹ ਜਦੋਂ ਵੀਡੀਓ ਅਪਲੋਡ ਹੁੰਦੀ ਹੈ ਤੇ ਇੱਕ ਹੀ ਜਾਨਵਰ ਦੇ ਕਾਫੀ ਕਸਟਮਰ ਹੁੰਦੇ ਨੇ ਕਸਟਮਰ ਉਹ ਤੇ 1-2 ਦਿਨ ਹੀ ਹੁੰਦਾ ਸਾਰਾ ਠੀਕ ਹੈ ਉਹ ਲੋਕੀ ਡੱਕ ਕੇ ਤੇ ਫਿਰ ਪਤਾ ਨਹੀਂ ਕਿਹੜੀ ਲੋਕੀ ਦੁਸ਼ਮਣੀ ਲੈਂਦੇ ਨੇ ਵਿੱਚੋਂ ਯਾਰ ਕੋਈ ਸਮਝ ਨਹੀਂ ਆਉਂਦੀ ਲੋਕਾਂ ਦੀ ਚਲੋ ਸਰ ਕੋਈ ਨਾ ਅੱਲਾ ਜ਼ਰੂਰ ਬਾਕੀ ਫਿਰ ਵੀ ਅੱਲਾ ਭਲਾ ਕਰੇ ਜੀ ਜਿਹੜਾ ਕਰਦਾ ਉਹਦਾ ਵੀ ਅੱਲਾ ਹਦਾਇਤ ਦੇ ਅੱਲਾ ਜੀ ਭਾਈ ਇਮਰਾਨ ਸਾਹਿਬ ਬਹੁਤ ਸ਼ੁਕਰੀਆ ਜਦੋਂ ਚੰਨੇ ਆ ਅੱਲਾ ਹਾਫਿਜ਼